ਮੈਨੂੰ ਇੱਕ ਬੰਦਾ ਮਿਲਿਆ, ਮੈਨੂੰ ਕਹਿੰਦਾ ਕਿ ਮਲਟੀਗ੍ਰੇਨ ਆਟੇ ਦੀ ਰੋਟੀ ਮੈਨੂੰ ਡਾਕਟਰ ਨੇ ਦੱਸੀ ਆ, ਪਰ ਖਾਣੀ ਬੜੀ ਔਖੀ ਆ, ਜਦੋਂ ਫਿਰ ਠੰਡੀ ਜਿਹੀ ਹੁੰਦੀ ਨਾ ਸੁੱਕ ਜਾਂਦੀ ਆ, ਅਤੇ ਬੱਚੇ ਤਾਂ ਬਿਲਕੁਲ ਹੀ ਨਹੀਂ ਸਾਡੇ ਖਾਂਦੇ। ਅਤੇ ਮੈਂ ਨਹੀਂ ਯਾਰ ਇਸ ਤਰ੍ਹਾਂ ਨਹੀਂ ਹੋ ਸਕਦਾ, ਤੂੰ ਸਾਡੇ ਤਰੀਕੇ ਨਾਲ ਮਲਟੀਗ੍ਰੇਨ ਰੋਟੀ ਬਣਾਇਆ ਕਰ, ਅਤੇ ਬਹੁਤ ਹੀ ਸੌਫਟ ਅਤੇ ਵਧੀਆ ਬਣੂਗੀ, ਕੋਈ ਝੰਝਟ ਨਹੀਂ ਆਟਾ ਗੁੰਨਣ ਦਾ ਕੁਛ ਵੀ ਨਹੀਂ, ਅਤੇ ਬੜੇ ਆਰਾਮ ਨਾਲ ਬੜੇ ਵਧੀਆ ਤਰੀਕੇ ਨਾਲ ਮਲਟੀਗ੍ਰੇਨ ਰੋਟੀ ਬਣਦੀ ਆ। ਅਤੇ ਚਲੋ ਅੱਜ ਆਪਾਂ ਸਾਰਿਆਂ ਨੂੰ ਉਹ ਤਰੀਕਾ ਦੱਸਦੇ ਹਾਂ ਜਿਸ ਤਰ੍ਹਾਂ ਅਸੀਂ ਮਲਟੀਗ੍ਰੇਨ ਰੋਟੀ ਬਣਾਉਂਦੇ ਹਾਂ। ਹਾਲੋ ਜੀ, ਆਪਾਂ ਆਟੇ ਲੈ ਆ, ਸਾਡੇ ਕੋਲ 5-6 ਤਰ੍ਹਾਂ ਦੇ ਆਟੇ ਆ। ਸਭ ਤੋਂ ਪਹਿਲਾਂ ਬਾਜਰੇ ਦਾ ਆਟਾ ਪਾਇਆ ਥੋੜ੍ਹਾ ਜਿਹਾ, ਇੱਕ ਬਰਤਨ ਲੈ ਲੈਣਾ, ਉਹਦੇ 'ਚ ਥੋੜ੍ਹਾ ਜਿਹਾ ਬਾਜਰੇ ਦਾ ਆਟਾ ਪਾਇਆ 2-3 ਚਮਚ, ਫਿਰ ਪਾ ਰਹੇ ਕੋਧਰੇ ਦਾ ਆਟਾ, ਇਹ ਜੀ ਰਾਗੀ ਦਾ ਆਟਾ, ਇਹ ਅਗਰ ਖੂਨ ਦੀ ਕਮੀ ਹੋਵੇ ਨਾ ਉਹਦੇ ਵਾਸਤੇ ਬਹੁਤ ਹੀ ਵਧੀਆ ਹੁੰਦਾ, ਅਤੇ ਇਹਦੇ ਵੀ 2 ਚਮਚੇ ਦਾ ਪਾ ਲਏ ਆ। ਅਤੇ ਇਹ ਹੈਗਾ ਜੀ ਜਵਾਰ ਦਾ ਆਟਾ, ਕਈ ਨਾ ਮੱਕੀ ਨੂੰ ਜਵਾਰ ਕਹਿ ਦਿੰਦੇ ਪਰ ਜਵਾਰ ਅਤੇ ਮੱਕੀ 'ਚ ਬਹੁਤ ਫਰਕ ਹੁੰਦਾ, ਆਹ ਜਵਾਰ ਦੇ ਆਟੇ ਦਾ ਕਲਰ ਇਸ ਤਰ੍ਹਾਂ ਦਾ ਹੁੰਦਾ। ਅਤੇ ਇਹ ਵਾਈਟ ਮੱਕੀ ਦਾ ਆਟਾ ਵਾ, ਇਹ ਵੀ ਥੋੜ੍ਹਾ ਜਿਹਾ ਪਾਵਾਂਗੇ, ਇਹ ਵਾਈਟ ਮੱਕੀ ਦਾ ਵੀ ਆਟਾ ਪਾ ਲਿਆ ਵਿੱਚ, ਅਤੇ ਇਹ ਬੇਸਣ ਆ, ਤੁਸੀਂ ਛੋਲਿਆਂ ਦਾ ਵੀ ਆਟਾ ਪਾ ਸਕਦੇ, ਬੇਸਣ ਵੀ ਪਾ ਸਕਦੇ, ਉੱਪਰਾਂ ਬੇਸਣ ਇਹ ਹੈ ਕਿ ਇਹਨਾਂ ਬਾਈਂਡਿੰਗ ਥੋੜ੍ਹੀ ਚੰਗੀ ਹੋ ਜਾਂਦੀ ਆ, 2 ਚਮਚੇ ਬੇਸਣ ਦੇ ਵੀ ਪਾ ਲਏ ਆ। ਇਹਨਾਂ ਨੂੰ ਮਿਕਸ ਕਰ ਲਾਂਗੇ, ਫਿਰ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਸ ਤਰ੍ਹਾਂ ਇਹਨੂੰ ਨਾ ਮਿਕਸ ਕਰਨਾ ਵਾ ਚੰਗੀ ਤਰ੍ਹਾਂ, ਮਤਲਬ ਕਿ ਗੁੰਨਣ ਦੀ ਲੋੜ ਨਹੀਂ ਆ, ਇਸ ਤਰ੍ਹਾਂ ਹੀ ਆਪਾਂ ਇਹਨੂੰ ਮਿਕਸ ਕਰ ਲੈਣਾ, ਪਾਣੀ ਲੋੜ ਮੁਤਾਬਕ ਹੀ ਪਾਉਣਾ ਜੀ, ਬਹੁਤ ਜ਼ਿਆਦਾ ਬੈਟਰ ਪਤਲਾ ਬਣਾਓ ਜੇ ਅਤੇ ਬਹੁਤ ਸੰਘਣਾ ਬਣਾਓ ਜੇ। ਅਤੇ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਚਮਚੇ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹਾਂ ਸਾਡਾ ਕੋਈ ਨਾ ਇਸ ਤਰ੍ਹਾਂ ਦਾ ਬੈਟਰ ਬਣ ਗਿਆ, ਇਹਦੇ ਵਿੱਚ ਅਸੀਂ ਪਨੀਰ ਭੋਰ ਕੇ ਪਾਵਾਂਗੇ, ਇਸ ਤਰ੍ਹਾਂ ਥੋੜ੍ਹਾ ਜਿਹਾ ਪਨੀਰ ਲੈ ਕੇ ਇਹਦੇ ਵਿੱਚ ਭੋਰ ਕੇ ਪਾ ਦਾਂਗੇ। ਅਤੇ ਹੁਣ ਅਸੀਂ ਇਹ ਧਨੀਆ ਹੀ ਤੋੜ ਕੇ ਰੱਖਿਆ ਸੀ ਅਤੇ ਥੋੜ੍ਹੇ ਜਿਹੇ ਪਿਆਜ਼ ਚੀਰ ਕੇ ਰੱਖੇ, ਇਹ ਵੀ ਵਿੱਚ ਪਾ ਦਾਂਗੇ। ਅਤੇ ਇੱਧਰ ਆਪਾਂ ਗਾਜਰਾਂ ਰੱਖੀਆਂ ਸੀ ਬਿੱਲੀ ਕੱਚ ਕਰਕੇ, ਇਹਨਾਂ ਵੀ ਵਿੱਚ ਪਾ ਦਾਂਗੇ, ਅਤੇ ਹੁਣ ਇਹਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ। ਹੁਣ ਇਹ ਪਾਵਾਂਗੇ ਨਮਕ, ਥੋੜ੍ਹੀ ਜਿਹੀ ਲਾਲ ਮਿਰਚ ਅਤੇ ਥੋੜ੍ਹੀ ਜਿਹੀ ਹਲਦੀ, ਇਹਨੂੰ ਫਿਰ ਮਿਕਸ ਕਰ ਲਾਂਗੇ।
ਤਵਾ ਸਾਡਾ ਹੋ ਗਿਆ ਗਰਮ ਅਤੇ ਹੁਣ ਮਲਟੀਗ੍ਰੇਨ ਆਟੇ ਦੀ ਬਣੂਗੀ ਰੋਟੀ। ਬਹੁਤ ਸੌਖੀ ਆ, ਕੋਈ ਆਟਾ ਗੁੰਨਣ ਦੀ ਲੋੜ ਨਹੀਂ ਆ, ਬੜੇ ਆਰਾਮ ਨਾਲ ਤੁਸੀਂ ਬਣਾ ਸਕਦੇ ਹੋ। ਇਹ 'ਚ ਜਿਹੜੀਆਂ ਮਰਜ਼ੀ ਸਬਜ਼ੀਆਂ ਪਾ ਸਕਦੇ, ਜੋ ਜਿਹੜੀ ਵੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਹੀ ਪਾ ਸਕਦੇ ਹੋ, ਜ਼ਰੂਰੀ ਨਹੀਂ ਕਿ ਇੱਕੋ ਹੀ ਪਾਣੀ ਆ, ਕਈ ਸਬਜ਼ੀਆਂ ਪਾ ਸਕਦੇ ਹੋ। ਅਤੇ ਦੂਸਰੀ ਸਾਈਡ ਤੋਂ ਵੀ ਸਾਡੀ ਰੋਟੀ ਬਣ ਕੇ ਤਿਆਰ ਹੋ ਗਈ ਆ, ਅਤੇ ਕਲਰ ਵੇਖੋ ਕਿੱਡਾ ਵਧੀਆ ਆ, ਖੁਸ਼ਬੂ ਵੀ ਬਹੁਤ ਹੀ ਵਧੀਆ ਆ ਰਹੀ ਹੈ। ਵੇਖਿਆ ਤੁਸੀਂ ਸਾਡੀ ਰੋਟੀ ਕਿੱਡੀ ਛੇਤੀ ਕਿੱਡੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ। ਹੁਣ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ, ਚਾਹ ਨਾਲ ਵੀ ਖਾ ਸਕਦੇ, ਚਟਨੀ ਨਾਲ ਵੀ ਖਾ ਸਕਦੇ ਜੋ, ਅਤੇ ਕੋਈ ਵੀ ਖਾ ਸਕਦਾ ਇਹਨੂੰ। ਅਤੇ ਇਹ ਅਗਰ ਠੰਡੀ ਵੀ ਹੋ ਜੂਗੀ ਤਾਂ ਆਕੜਦੀ ਨਹੀਂ ਆ, ਸੋਫਟ ਹੀ ਰਹਿੰਦੀ ਆ। ਆ ਲਓ ਜੀ ਸਾਡੀ ਮਲਟੀਗ੍ਰੇਨ ਰੋਟੀ ਨਾਲ ਦੇਸੀ ਘਿਓ। ਇਸ ਤਰੀਕੇ ਨਾਲ ਤੁਸੀਂ ਮਲਟੀਗ੍ਰੇਨ ਰੋਟੀ ਬਣਾ ਸਕਦੇ, ਬੜੀ ਆਸਾਨੀ ਦੀ ਬਣਦੀ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਦੀ ਅਤੇ ਪੂਰੀ ਸੋਫਟ ਬਣਦੀ ਹੈ, ਅਤੇ ਜਿਹੜੀ ਕਿ ਸਰੀਰ ਲਈ ਬਹੁਤ ਹੀ ਹੈਲਦੀ ਹੁੰਦੀ ਹੈ। ਅਤੇ ਦਿਨ 'ਚ ਇੱਕ ਟਾਈਮ 'ਤੇ ਜ਼ਰੂਰ ਹੀ ਇਹੋ ਰੋਟੀ ਖਾਣੀ ਚਾਹੀਦੀ ਹੈ, ਕਣਕ ਦੀ ਰੋਟੀ ਬਹੁਤ ਘੱਟ ਹੋਣੀ ਚਾਹੀਦੀ ਹੈ। ਅਤੇ ਇੱਕ ਇਹ ਕਿ ਵੇਟ ਲੋਸ 'ਚ ਵੀ ਬਹੁਤ ਵਧੀਆ, ਅਤੇ ਦੂਸਰਾ ਆਪਣੇ ਵਿਟਾਮਿਨਸ ਵਗੈਰਾ ਜਿਹੜੇ ਉਹ ਪੂਰੇ ਹੋ ਜਾਂਦੇ ਨੇ। ਅਗਰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਜੀ, ਬਾਏ ਬਾਏ।